UK ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਆ ਜਿਹੜੇ ਸਟੂਡੈਂਟਸ ਨੇ ਹੁਣ ਅੱਗੋਂ ਅਪਲਾਈ ਕਰਨਾ ਹੈ ਆਪਾਂ ਜੈਨੂਇਨ ਟੇਕ ਦੀ ਗੱਲ ਕਰ ਰਹੇ ਆ ਫੋਕਸ ਕਰ ਰਹੇ ਨੇ ਸਟੂਡੈਂਟਸ ਅਗਰ ਤੁਸੀਂ ਜੈਨੂਇਨ ਟੇਕਲੀ ਫੋਕਸ ਕਰ ਹੀ ਰਹੇ ਹੋ ਨਾਲ ਦੇ ਨਾਲ ਤੁਹਾਨੂੰ ਹੋਰ ਕਿਹੜੀਆਂ ਗੱਲਾਂ ਤੇ ਬਹੁਤ ਜ਼ਿਆਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ UK ਹੁਣ ਕਿਤੇ ਨਾ ਕਿਤੇ ਆਪਣੇ ਜਿਹੜੇ ਅਪਡੇਟਸ ਦੇ ਰਿਹਾ ਪਿਛਲੇ ਕੁਝ ਟਾਈਮ ਤੋਂ ਸੋ UK ਵੀਜ਼ਾ ਹਰ ਕਰ ਰਿਹਾ ਕਿ ਉਹ ਜੈਨੂਇਨਰ ਵਧੀਆ ਉਹਨਾਂ ਸਟੂਡੈਂਟਸ ਲਈ ਇੰਟਰਸਟਿਡ ਹੈ ਜਿਹੜੇ ਸਟੱਡੀ ਤੇ ਫੋਕਸ ਕਰਦੇ ਨੇ ਸੋ ਇਸ ਲਈ ਹੁਣ ਤੁਹਾਨੂੰ ਕਿਸ ਢੰਗ ਨਾਲ ਆਪਣੇ ਪ੍ਰੋਸੀ ਲਣਗੇ ਅੱਜ ਦੇ ਵੀਡੀਓ ਵਿੱਚ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾ ਸ੍ਰੀਕਾਲ ਸ੍ਰੀਕਾਲ ਸਾਰ ਜੀ ਸੋ ਮੈਂ ਜ਼ਰੂਰ ਸਟੂਡੈਂਟਸ ਨੂੰ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਸਟੂਡੈਂਟ ਸਾਡੇ ਨਾਲ ਚਾਹੇ ਕਿ ਅੱਜ ਪਹਿਲੀ ਵਾਰ ਵੀਡੀਓ ਦੇ ਜ਼ਰੀਏ ਜੁੜ ਰਹੇ ਨੇ ਜਾਂ ਫਿਰ ਪਹਿਲਾਂ ਵੀ ਤੁਸੀਂ ਜੁੜਦੇ ਹੋ ਸਾਡੀਆਂ ਇਹਨਾਂ ਵੀਡੀਓਜ਼ ਦੇ ਨਾਲ ਔਰ ਮੈਮ ਦੇ ਜਿਹੜੇ ਲਾਈਵ ਸੈਸ਼ਨ ਵੀ ਹੁੰਦੇ ਨੇ ਉਹਨਾਂ ਨਾਲ ਵੀ ਜੁੜਦੇ ਹੋ ਤਾਂ ਤੁਸੀਂ ਇਹਨਾਂ ਵੀਡੀਓਜ਼ ਨੂੰ ਅੱਗੋਂ ਆਪਣੇ ਹੋਰ ਫਰੈਂਡਸ ਨਾਲ ਵੀ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜਾ ਵਿਨਾ ਮੈਮ ਦਾ 26-27 ਸਾਲਾਂ ਦਾ ਐਕਸਪੀਰੀਅੰਸ ਹੈ ਉਸ ਐਕਸਪੀਰੀਅੰਸ ਦੇ ਵਿੱਚੋਂ ਖਾਸ ਗੱਲਾਂ ਮੈਮ ਸਟੂਡੈਂਟਸ ਨੂੰ ਸਮਝਾਉਂਦੇ ਨੇ ਤੇ ਬਾਕੀ ਹੋਰ ਸਟੂਡੈਂਟਸ ਵੀ ਇਹਨਾਂ ਗੱਲਾਂ ਦਾ ਫਾਇਦਾ ਲੈ ਸਕਣ ਸੋ ਮੈਮ ਆਪਾਂ ਜੈਨਨ ਟੈਕ ਤੇ ਜਿਹੜੇ ਸਟੂਡੈਂਟ ਫੋਕਸ ਕਰ ਰਹੇ ਨੇ ਕਈ ਚੀਜ਼ਾਂ ਕਈ ਰੂਲਸ ਬਦਲ ਚੁੱਕੇ ਆ ਕੁਝ ਅਪਡੇਟਸ ਵੀ ਆ ਚੁੱਕੇ ਨੇ ਉਹਨਾਂ ਸਭ ਚੀਜ਼ਾਂ ਨੂੰ ਵੇਖਦਿਆਂ ਹੋਇਆ ਸਟੂਡੈਂਟ ਨੂੰ ਹੁਣ ਕਿਸ ਤਰੀਕੇ ਨਾਲ ਰਾਈਟ ਪ੍ਰੋਸੈਸ ਦੇ ਨਾਲ ਅੱਗੇ ਵਧਣਾ ਚਾਹੀਦਾ ਜਦੋਂ ਯੂਕੇ ਸਟੱਡੀ ਵੀਜ਼ਾ ਲਈ ਸੋਚ ਰਹੇ ਨੇ ਦੇਖੋ ਹਰਜੋਤ ਜਿੱਦਾਂ ਸਟੂਡੈਂਟਸ ਨੇ ਆਪਣੇ ਆਪ ਨੂੰ ਚੇਂਜ ਕੀਤਾ ਯੂਨੀਵਰਸਿਟੀਆਂ ਨੇ ਵੀ ਕੀਤਾ ਕਿਉਂਕਿ 1 ਜਨਵਰੀ ਤੋਂ ਸਪਾਊਸ ਵੀਜ਼ਾ ਬੰਦ ਹੋਣ ਵਾਲਾ ਹੈ ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਦਸੰਬਰ ਇੰਟੇਕ ਘਟਾਇਆ ਤੇ ਉਹ ਸਟੂਡੈਂਟਸ ਵਾਸਤੇ ਅੱਛੀ ਨਿਊਜ਼ ਹੈ ਜਿਹੜੇ ਸਪਾਊਸ ਨਾਲ ਜਾਣਾ ਚਾਹੁੰਦੇ ਆ ਈਵਨ ਉਹ ਵਿਦਆਊਟ ਆਇਲਸ ਵੀ ਬੱਚਿਆਂ ਨੂੰ ਲੈ ਰਹੇ ਆ ਠੀਕ ਹੈ ਤੇ ਉਹ ਜਿਹੜੇ ਬੱਚੇ ਨੇ ਆਇਲਸ ਵੀ ਨਹੀਂ ਕੀਤੀ ਸਪਾਊਸ ਨਾਲ ਜਾਣਾ ਉਹ ਜਾ ਸਕਦੇ ਆ ਹਜੇ ਉਹਨਾਂ ਦੇ ਕੋਲ ਆਖਰੀ ਮੌਕਾ ਹੈ ਕਿਉਂਕਿ ਆਫਰ ਲੈਟਰ ਆਂਚ ਫੰਡ ਪੁਰਾਣੇ ਕਰਨ ਚ ਮਿੰਨਾ ਕ ਲੱਗ ਜਾਂਦਾ ਹੈ ਤੇ ਦਸੰਬਰ ਇਨਟੇਕ ਆ ਤੇ ਹਜੇ ਤੁਹਾਡੇ ਕੋਲ ਬਹੁਤ ਸੋਨਾ ਮੌਕਾ ਹੈ ਤੇ ਤੁਹਾਡੇ ਕੋਲ ਬਥੇਰਾ ਟਾਈਮ ਹੈ ਹਜੇ ਇਹ ਸਭ ਕਰਨ ਦਾ ਹੁਣ ਜਿਹੜੇ ਚੇਂजेस ਹੈ ਚੇਂजेस ਐਸ ਸੱਚ ਕੁਝ ਨਹੀਂ ਹੋਏ ਚੇਂजेस ਇਹ ਹੈ ਕਿ 1 ਜਨਵਰੀ ਤੋਂ ਸਪਾਊਸ ਵੀਜ਼ਾ ਬੰਦ ਹੋ ਰਿਹਾ ਹੈ ਰਾਈਟ ਉਹ ਹਜੇ ਮੌਕਾ ਦੇ ਰਹੀਆਂ ਯੂਨੀਵਰਸਿਟੀਆਂ ਕਿਉਂਕਿ 1 ਇਨਟੇਕ ਸਾਰਿਆਂ ਨੇ ਆਪਣਾ ਐਡੀਸ਼ਨਲ ਕਰਤਾ ਜਿਹਦੇ ਵਿੱਚ ਜਾ ਸਕਦੇ ਆ ਤੇ ਯੂਕੇ ਦੀ ਡਿਮਾਂਡ ਤੇ ਬਣੀ ਰਹੇਗੀ ਕਿਉਂਕਿ ਆਲ ਓਵਰ ਵਰਲਡ ਜਿਹੜੀ ਕੁਆਲਿਟੀ ਐਜੂਕੇਸ਼ਨ ਆ ਯੂਕੇ ਵਿੱਚ ਹੈ। ਘੱਟ ਫੀਸ ਦੇ ਵਿੱਚ ਬੱਚੇ ਨੂੰ ਬਾਹਰ ਦਾ ਐਕਸਪੋਜ਼ਰ ਮਿਲ ਜਾਂਦਾ ਹੈ। ਹੁਣ ਤੁਸੀਂ ਇਹ ਦੇਖੋ ਮੇਰੇ ਕੋਲ ਯੂਨੀਵਰਸਿਟੀਆਂ ਜਿਹੜੀ 10-11 ਲੱਖ ਰੁਪਏ ਸਾਲ ਦੇ ਵਿੱਚ ਮਾਸਟਰਸ ਦੇ ਰਹੀ ਹੈ। 1 ਸਾਲ ਦੀ ਮਾਸਟਰਸ। 1 ਸਾਲ ਦੇ ਵਿੱਚ ਵੀ 4-4 ਮਹੀਨੇ ਖਾਲੀ ਦੋ ਸੈਮਿਸਟਰ ਪੜ੍ਹਨਾ ਹੈ। ਖਾਲੀ that means 8 months you have to study. 8 ਮਹੀਨੇ ਪੜ੍ਹ ਕੇ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਸਟੂਡੈਂਟ ਕੋ ਲਾ। ਇੰਨਾ ਕੁ ਥੋੜਾ ਜਿਹਾ ਪੈਸਾ ਦੇ ਕੇ ਜੇ ਆਪਾਂ ਇੱਥੇ ਵੀ ਪੜ੍ਹਾਣੇ ਹਨ ਨਾ ਐਮਬੀਏ ਕਰਾਈਏ ਜਾਂ ਕੋਈ ਕੋਰਸ ਕਰਾਈਏ ਇੱਥੇ ਵੀ ਪੈਸਾ ਅੱਛਾ ਲੱਗਦਾ ਤੇ 10-11 ਲੱਖ ਚ ਜੇ ਤੁਹਾਨੂੰ ਓਵਰਸੀਜ਼ ਐਕਸਪੀਰੀਅੰਸ ਜਿਹਦੇ ਨਾਲ ਜਿਹਦੇ ਵਿੱਚ ਤੁਹਾਡੇ ਕੋਲ 60 ਤੋਂ 70 ਕੰਟਰੀਜ਼ ਦੇ ਬੱਚੇ ਤੁਹਾਡੇ ਨਾਲ ਬੈਠੇ ਆ ਯੂ ਆਰ ਗੇਨਿੰਗ ਅ ਗੁੱਡ ਐਕਸਪੋਜ਼ਰ ਸੋ ਯੂਕੇ ਇਸ ਗੋਇੰਗ ਟੂ ਗਿਵ ਯੂ ਤੁਹਾਡੇ ਕੋਲ ਦਸੰਬਰ ਦਾ ਹਜੇ ਮੌਕਾ ਹੈ ਜਾ ਸਕਦੇ ਆ ਸਟੂਡੈਂਟਸ ਉਹਦੇ ਵਿੱਚ ਥੈਟਸ ਜੀ 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 ਬਿਲਕੁਲ ਸੋ ਕਿਤੇ ਨਾ ਕਿਤੇ ਜਾਂਦੇ ਜਾਂਦੇ ਹਲੇ ਵੀ ਯੂਕੇ ਉਹਨਾਂ ਸਟੂਡੈਂਟਸ ਨੂੰ ਮੌਕਾ ਜ਼ਰੂਰ ਦੇ ਰਿਹਾ ਜਿਵੇਂ ਕਿ ਮੈਮ ਨੇ ਕਿਹਾ ਦਸੰਬਰ ਇੰਟੇ ਕੁਝ ਯੂਨੀਵਰਸਿਟੀਆਂ ਦੇ ਰਹੀਆਂ ਨੇ ਜਿਹੜੇ ਸਪਾਊਸ ਵੀਜ਼ਾ ਨਾਲ ਅਪਲਾਈ ਕਰਨਾ ਚਾਹੁੰਦੇ ਨੇ ਸੋ ਜਾਂਦੇ ਜਾਂਦੇ ਹਲੇ ਵੀ ਸਟੂਡੈਂਟਸ ਇਸ ਇੰਟੇ ਦਾ ਫਾਇਦਾ ਲੈਂਦੇ ਹੋਏ ਸਪਾਊਸ ਦੇ ਨਾਲ ਅਪਲਾਈ ਕਰ ਸਕਦੇ ਨੇ ਪਰ ਆਪਾਂ ਮੈਮ ਜਦੋਂ ਹੁਣ ਦੇਖਦੇ ਟਾਈਮ ਤਾਂ ਵਿੱਚ ਬਹੁਤ ਹੀ ਘੱਟ ਰਹਿ ਗਿਆ ਤੇ ਇਸ ਘੱਟ ਟਾਈਮ ਦੇ ਵਿੱਚ ਜੋ ਹੈ ਜਦੋਂ ਕਈ ਵਾਰ ਅਪਲਾਈ ਕਰਨ ਲੱਗਦਾ ਕੋਈ ਤਾਂ ਕੁਝ ਗਲਤੀਆਂ ਵੀ ਰਹਿ ਜਾਂਦੀਆਂ ਨੇ ਯਾਨੀ ਜਿਹੜੇ ਕੁਝ ਪ੍ਰਿਪੇਅਰਡ ਨੇ ਪ੍ਰੋਫਾਈਲਸ ਉਹੀ ਇਸ ਸਕਦੇ ਨੇ ਦਸੰਬਰ ਇਨਟੇਕ ਅਪਲਾਈ ਕਰਨ ਦੇ ਲਈ ਬਿਲਕੁਲ ਜੀ ਕਿ ਜਿਹੜੇ ਵੀ ਸਟੂਡੈਂਟਸ ਆ ਇਸ ਟਾਈਮ ਜਿਨ੍ਹਾਂ ਦੇ ਰੈਡੀ ਹੈ ਫੰਡਸ ਉਹਨਾਂ ਦੇ ਕੋਲ ਹੋਣੇ ਚਾਹੀਦੇ ਆ ਖਾਲੀ 28 ਦਿਨ ਪੁਰਾਣੇ ਫੰਡ ਸ਼ੋ ਕਰਨੇ ਆ ਇਸ ਕਰਕੇ ਹਜੇ ਬਹੁਤ ਆਈਮੈਸਟੂਡੈਂਟਸ ਕੋਲ ਜੀ ਹਾਂ ਅਪਲਾਈ ਇਮੀਡੀਏਟ ਕਰਨਾ ਪਏਗਾ ਜਦ ਤੱਕ ਤੁਸੀਂ ਅਪਲਾਈ ਕਰ ਰਹੇ ਹੋ ਇੰਨੀ ਦੇਰ ਤੁਹਾਡੇ ਫੰਡ ਜਿਹੜੇ ਪੁਰਾਣੇ ਹੋ ਜਾਣਗੇ ਔਰ ਤੁਸੀਂ Uh, मतलब ਜਿਹੜਾ ਪ੍ਰੋਬਲਮ ਕੀ ਆਈ ਕਿ ਸਟੂਡੈਂਟਸ ਨੂੰ ਪਿੱਛੇ ਰਸ਼ ਜ਼ਿਆਦਾ ਹੋਣ ਕਰਕੇ ਇੰਟਰਵਿਊਜ਼ ਆਉਣ ਲੱਗੇ ਸੀਗੇ ਹੁਣ ਉਹ ਵੀ ਬਹੁਤ ਘਟ ਹੋ ਗਿਆ ਕਿਉਂਕਿ ਸਟ੍ਰੀਮ ਲਾਈਨ ਹੋ ਗਿਆ ਸੈਪਟੈਂਬਰ ਇਨਟੇਕ ਨਿਕਲ ਗਿਆ ਯੂਨੀਵਰਸਿਟੀਆਂ ਨੇ ਵੀ ਜਦੋਂ ਰਿਜ਼ਲਟਸ ਨਹੀਂ ਆਏ ਤੇ ਐਕਸਟੈਂਸ਼ਨ ਦੇ ਕੇ ਅਕਤੂਬਰ ਤੱਕ ਦਾ 8-10 ਤੱਕ ਦਾ ਟਾਈਮ ਦੇ ਦਿੱਤਾ ਸੀਗਾ ਔਰ ਮੈਕਸਿਮਮ ਬੱਚਿਆਂ ਦੀ ਫਾਈਲਾਂ ਕਲੀਅਰ ਹੋ ਗਈਆਂ ਹੁਣ ਰਸ਼ ਨਹੀਂ ਰਿਹਾ ਤੇ ਮੇਰੇ ਖਿਆਲ ਸਟੂਡੈਂਟਸ ਵੀ ਨਾ ਡਰਨ ਕਿ ਉਹ ਔਰ ਬਈ ਜਦ ਸੈਂਟਰਵਿਊ ਆ ਵੀ ਗਿਆ ਤਾਂ ਬੜਾ ਹੀ ਸੌਖਾ ਲੈ ਰਿਹਾ ਕੋਈ ਜ਼ਿਆਦਾ ਤਿੰਨ ਚਾਰ ਕੁਐਸਚਨ ਹੁੰਦੇ ਆ ਜਿਹੜੇ ਪੁੱਛ ਰਹੇ ਆ ਇਟਸ ਨਾਟ ਵੈਰੀ ਹੈਵੀ ਥਿੰਗਸ ਦੇ ਆਰ ਆਸਕਿੰਗ ਯੂ ਜੋ ਤੁਸੀਂ ਪ੍ਰਿਪੇਅਰਡ ਹੋ ਕਿਹੜੀ ਯੂਨੀਵਰਸਿਟੀ ਜਾਣਾ ਹੈ ਔਰ ਕਿੰਨੀ ਫੀਸ ਹੈ ਜੀ ਠੀਕ ਹੈ ਕਿਹੜੇ ਮਤਲਬ ਕੀ ਕੋਰਸ ਕਰ ਰਹੇ ਹੋ ਤਿੰਨ ਚਾਰ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਔਰ ਕੋਰਸ ਕਰਕੇ ਕੀ ਕਰਨਾ ਇਟਸ ਵੈਰੀ ਕਲੀਅਰ ਬਹੁਤ ਈਜ਼ੀ ਹੈ जी बिल्कुल सो so, बहुत ही ईजी प्रोसैस है लेकिन फिर भी एक चंगे कंसल्टेंट की सलाह होना बहुत ही ज़्यादा जरूरी है तुम इन चीज़ों को समझते हुए सही ढंग के अगे अपना वीज़ा हासिल कर सको सो so, कोई सवाल है कोई डाउट है नंबर जो लगातार डिस्प्ले है इस उपर कॉल करके जानकारी जरूर लैसते हो बहुत बहुत थैंक्स मैम कि तुम्हें स्टूडेंट्स गाइड किया कि हले भी दिसंबर इनटेक का बहुत सारे स्टूडेंट्स फायदा ले सकते हैं जिन्हें स्पाउस फाइल लगा है सो अगों भी अं स्टूडेंट्सली होर इन्फोरमेटिव भीडियोज़ लैके आते रहेंगे अच्छी सो ਜੀ ਇਜਾਜ਼ਤ ਥੈਂਕ ਯੂ so much ਥੈਂਕ